ਪੇਕਿਆਂ ਤੋਂ ਆਪਣੇ ਸਹੁਰੇ ਘਰ ਆਈ ਅਮੈਰੀਕਨ ਸਿਟੀਜ਼ਨ 3 ਮਹੀਨਿਆਂ ਦੀ ਗਰਭਵਤੀ ਨੂੰਹ ਨੇ ਸਹੁਰਾ ਪਰਿਵਾਰ 'ਤੇ ਕੁੱਟਮਾਰ ਕਰਨ ਅਤੇ ਉਸਦੇ ਪੇਟ ਵਿੱਚ ਲੱਤਾਂ ਮਾਰ ਕੇ ਉਸ ਨੂੰ ਜ਼ਖਮੀ ਕਰਨ ਦੇ ਇਲਜ਼ਾਮ ਲਗਾਏ ਹਨ। ਖ਼ਬਰ ਮੁਤਾਬਕ ਪੀੜਤ ਨੂੰਹ ਨੇ ਸਹੁਰੇ ਪਰਿਵਾਰ 'ਤੇ ਉਸਦੇ ਕੱਪੜੇ ਪਾੜਨ ਦੇ ਗੰਭੀਰ ਦੋਸ਼ ਲਗਾਏ ਹਨ। ਉੱਥੇ ਹੀ ਜ਼ਖਮੀ ਹਾਲਤ ਵਿੱਚ ਉਹ ਘਰੋਂ ਬਾਹਰ ਨਾ ਨਿਕਲ ਸਕੇ, ਉਸ ਨੂੰ ਜਿੰਦੇ ਲਾ ਕੇ ਅੰਦਰ ਡੱਕ ਦਿੱਤਾ ਗਿਆ। 112 ਨੰਬਰ 'ਤੇ ਪੀੜਤ ਨੇ NRI ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਮਹਿਜ 4 ਕਿਲੋਮੀਟਰ ਦੂਰ ਥਾਣੇ ਤੋਂ ਕਰੀਬ 2.5 ਘੰਟਿਆਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਸਹੁਰੇ ਪਰਿਵਾਰ ਤੋਂ ਕੋਠੀ ਦੇ ਜਿੰਦੇ ਖੁਲਵਾ ਕੇ ਨੂੰਹ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਹੁਣ ਜੇਰੇ ਇਲਾਜ ਹੈ। ਉੱਧਰ ਦੂਜੇ ਪਾਸੇ ਸਹੁਰੇ ਪਰਿਵਾਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਹਨਾਂ ਦੀ ਨੂੰਹ ਨੇ ਉਹਨਾਂ ਨਾਲ ਹੀ ਕੁੱਟਮਾਰ ਕੀਤੀ ਹੈ ਅਤੇ ਉਹ ਡਰਾਮੇ ਕਰ ਰਹੀ ਹੈ। ਮੇਰੀ ਜਾਣਕਾਰੀ ਅਨੁਸਾਰ ਥਾਣਾ ਬਿਲਗਾ ਦੇ ਪਿੰਡ ਉਮਰਪੁਰ ਵਿੱਚ ਵਿਆਹੀ ਪਿੰਡ ਟੂਟ ਕਲਾਂ ਦੀ ਰਜਿੰਦੀਸ਼ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਉਹ ਅਮੈਰੀਕਨ ਸਿਟੀਜ਼ਨ ਹੈ। 28 ਅਗਸਤ ਨੂੰ ਉਹ ਅਮੈਰੀਕਾ ਤੋਂ ਪੰਜਾਬ ਆਈ ਸੀ, ਜੋ ਆਪਣੇ ਪੇਕੇ ਘਰ ਟੂਟ ਕਲਾਂ ਵਿੱਚ ਰਹਿ ਰਹੀ ਸੀ। ਸ਼ੁੱਕਰਵਾਰ ਨੂੰ ਉਹਨਾਂ ਦੇ ਸਹੁਰੇ ਘਰ ਦੀ ਕੋਠੀ ਦੇ ਕੈਮਰੇ ਅਚਾਨਕ ਬੰਦ ਹੋ ਗਏ ਤਾਂ ਉਹ ਸ਼ਨੀਵਾਰ ਨੂੰ ਸਵੇਰੇ ਸਹੁਰੇ ਪਿੰਡ ਉਮਰਪੁਰ ਇਕੱਲੀ ਗੱਡੀ ਵਿੱਚ ਆਈ। ਜਦੋਂ ਕੋਠੀ ਅੰਦਰ ਦਾਖਲ ਹੋਈ ਤਾਂ ਉਸਨੇ ਵੇਖਿਆ ਕਿ ਕੈਮਰੇ ਦੀਆਂ ਤਾਰਾਂ ਵੱਡੀਆਂ ਪਈਆਂ ਸਨ। ਉਪਰੰਤ ਉਸਨੇ ਸਹੁਰਾ ਪਰਿਵਾਰ ਨੇ ਉਸ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਕੋਠੀ ਵਿੱਚੋਂ ਬਾਹਰ ਕੱਢਣ ਲੱਗ ਪਏ, ਜਿਸ ਨੇ ਉਸਦੇ ਕੱਪੜੇ ਪਾੜੇ ਅਤੇ ਉਸਦੇ ਢਿੱਡ ਵਿੱਚ ਲੱਤਾਂ ਮਾਰੀਆਂ, ਜਿਸ ਨੇ ਜਿਵੇਂ ਤਿਵੇਂ ਖੁਦ ਨੂੰ ਛੁਡਵਾਇਆ ਅਤੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰਕੇ 112 ਨੰਬਰ 'ਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਨਾਲ ਹੀ ਆਪਣੇ ਪੇਕੇ ਪਰਿਵਾਰ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਪਰੰਤ ਮੌਕੇ 'ਤੇ ਮੀਡੀਆ ਅਤੇ ਰਜਿੰਦੀਸ਼ ਦੇ ਪੇਕੇ ਪਰਿਵਾਰ ਦੇ ਮੈਂਬਰ ਪਹੁੰਚੇ। ਉਹਨਾਂ ਵੇਖਿਆ ਕਿ ਸਹੁਰਾ ਪਰਿਵਾਰ ਨੇ ਗੇਟ ਦੇ ਅੰਦਰਲੇ ਪਾਸਿਓਂ ਜੰਦਰੇ ਲਾਏ ਹੋਏ ਹਨ ਅਤੇ ਨਾ ਤਾਂ ਕੋਈ ਅੰਦਰ ਆ ਸਕੇ ਅਤੇ ਨਾ ਕੋਈ ਬਾਹਰ ਜਾ ਸਕੇ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਇੱਥੇ ਕੰਮ ਕਰਦੇ ਹਨ, ਉਹਨਾਂ ਨੇ ਮੋਟਰਸਾਈਕਲ ਵੀ ਅੰਦਰ ਹੀ ਡੱਕ ਦਿੱਤੇ ਗਏ ਹਨ। ਰਜਨੀਸ਼ ਨੇ ਦੱਸਿਆ ਕਿ ਉਹ 3 ਮਹੀਨਿਆਂ ਦੀ ਗਰਭਵਤੀ ਹੈ, ਉਸ ਨਾਲ ਕੁੱਟਮਾਰ ਕਰਕੇ ਅੰਦਰ ਹੀ ਬੰਦ ਕਰ ਦਿੱਤਾ ਗਿਆ ਸੀ। ਬਹਰਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਸੱਚਾਈ ਹੈ ਕੀ। ਲਾਈਟ ਵੀ ਬੰਦ ਕੀਤੀ ਹੋਈ ਹੈ ਤੁਹਾਡੀ? ਸਾਰਾ ਕੁਝ ਕੱਟਿਆ, ਕੈਮਰੇ ਕੁਮਰੇ ਸਾਰਾ ਕੁਝ, ਬਹੁਤ ਤਾਰਾਂ ਲਾਤੀਆਂ। ਆਹੋ ਬਾਅਦ ਵਿੱਚ ਲਾਈਆਂ VDR ਚ ਦਹੇ ਪੈਣਾ ਜੀ, ਖਿੱਚ ਕੇ ਕਿੱਦਾਂ ਲੈ ਕੇ ਜਾਂਦਾ ਜੀ? ਤੁਸੀਂ ਉਹਨਾਂ ਨੂੰ ਕੱਲ ਆਏ ਆ ਦੂਏ ਚੱਕਰ ਬਾਹਰੋਂ ਆਇਆ, ਬਾਹਰੋਂ ਪਰਸੋਂ ਰਾਤੀਆਂ ਆਇਆ, ਕੱਲ੍ਹ ਅਸੀਂ ਆਇਆ ਤੁਹਾਡਾ ਘਰ ਇੱਥੇ ਆਉਣਾ ਸੀਗਾ। ਫਿਰ ਕੀ ਗੱਲ ਹੋਈ? ਘਰ ਆ ਕੇ ਅਸੀਂ ਘਰ ਰਹੇ ਹਾਂ, ਹਾਂਜੀ ਚਾਬੀਆਂ ਸੀਗੀਆਂ ਸਾਡੇ ਕੋਲ, ਆ ਕੇ ਅਸੀਂ ਮਾੜਾ ਮੋਟਾ ਕੱਪੜਾ ਲੀੜਾ ਸਾਡਾ ਉਹ ਚੇਂਜ ਕਰਕੇ ਅਸੀਂ ਨਹਾ ਨੂੰ ਕੇ ਚਲੇ ਗਏ, ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕਲੋਨੀ ਚਲੇ ਗਏ ਇੱਦਾਂ। ਠੀਕ ਹੈ, ਅਤੇ ਸਵੇਰੇ ਫਿਰ ਅਸੀਂ ਅਰਲੀ ਆ ਗਏ, ਆ ਕੇ ਨਹਾਉਣੇ ਨੂੰ ਸਫਾਈ ਕਰਾਉਣੀ, ਕੁੜੀ ਨੂੰ ਕਿਹਾ ਸੀਗਾ ਪਿੰਡ ਵਾਲੀ, ਠੀਕ ਗੰਦ ਬਹੁਤ ਅੰਦਰ, ਠੀਕ ਹੈ, ਅਤੇ ਅਸੀਂ ਅੰਦਰ ਸੀਗੇ ਸਾਡੇ ਮੋਟਰ ਮੁੱਟ ਪਾਣੀ ਜਾਈ ਅਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ, ਇਹਦੇ ਵੜ ਕੇ ਇਹਦੇ ਵਾਲ ਫੜ ਲਿਆ, ਵਾਲ ਫੜ ਕੇ ਤਾਂ ਵਾਲ ਫੜ ਕੇ ਤਾਂ ਗਾਲ ਨੂੰ ਪਾ ਲਿਆ ਵਾਲ ਇੱਥੋਂ ਦੀ, ਠੀਕ ਹੈ, ਵਾਲ ਪਾ ਕੇ ਤਾਂ ਸੈੱਟ ਲਿਆ ਥੱਲੇ, ਕਿੰਨੀ ਮੈਂ ਤੈਨੂੰ ਮਾਰ ਦੇਣਾ, ਇਹਨੂੰ ਮੈਂ ਛਡਾਇਆ, ਇਹਦੀ ਬਾਂਹ ਵੀ ਛੱਡੇ ਹੋਏ ਦੇਖੋ, ਉਰੇ ਆ ਤੂੰ, ਉਰੇ ਆ ਤੂੰ,
ਅੱਛਾ ਤੁਹਾਡੀ ਨੌ ਐਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕੁੱਟਮਾਰ ਅੰਦਰ ਕੀਤੀ? ਹਾਂ ਨਹੀਂ 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 ਉਹ ਕੁੱਟ ਕਾਸਾ ਦੀ ਕੁੱਟ ਕਾਸਾ ਸਰਤੋਂ ਹੈ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰਨ ਲੱਗੀ ਸੀ ਕੈਮਰੇ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦੇ ਲੱਤਾਂ ਮਾਰੀਆਂ ਟੈਟੂ ਉੱਡ ਚੁੱਕੇ ਹੋਰ ਸਾਰਾ ਝੂਠ ਸਾਰਾ ਝੂਠ ਮੈਂ ਤਾਂ ਇਹ ਆਪ ਦੇ ਘਰ ਵਾਲੀ ਛੜਾ ਕੈਮਰੇ ਲੱਗੇ ਆ ਬੰਦ ਕਿਹਨੇ ਕੀਤੇ ਕੈਮਰੇ ਅਸੀਂ ਕਿੱਥੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੁਸੀਂ ਨਾ ਬਾਲੇ ਇਹਨਾਂ ਦਾ ਜਵਾਬ ਸਵਾਲ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ ਅਸੀਂ ਬੰਦ ਕੀਤੇ ਆ ਅੱਛਾ ਫਿਰ ਉਹਨਾਂ ਨੇ ਕੈਮਰੇ ਕਾਲੇ ਬੰਦ ਕੀਤੇ ਸਾਡੇ ਅੱਛਾ ਕੈਮਰੇ ਤਾਂ ਕਾਲੀ ਬੰਦ ਕਰ ਦਿੱਤੇ ਉਹ ਕਾਰਨ ਕੀ ਕੈਮਰੇ ਦਾ ਸੇਫਟੀ ਲਈ ਹੁੰਦੇ ਬੰਦ ਕਰਦੇ ਸਾਨੂੰ ਕੋਈ ਐਡੀ ਲੋਡ ਨਹੀਂ ਸਾਡੀ ਸੇਫਟੀ ਕਰੀ ਹੈ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਕੈਮਰਾ ਜੀ ਕੈਮਰੇ ਹਾਂ ਤੁਸੀਂ ਕਹਿ ਰਹੇ ਹੋ ਸਾਡੇ ਨਾਲ ਧੱਕਾ ਹੋ ਰਿਹਾ ਧੱਕਾ ਹੋ ਰਿਹਾ ਸਾਡਾ ਧੱਕਾ ਅੱਗੇ ਵੀ ਸਾਡੇ ਨਾਲ ਧੱਕਾ ਸਾਡੀ ਪੈਸੇ ਬੁੜੀ ਸਾਰੀ ਲਵਾ ਲਈਆਂ ਹੁਣ ਤੁਸੀਂ ਜਿੰਦੇ ਲਾਏ ਸਾਡੇ ਧੱਕੇ ਨਾਲ ਸਾਰੀ ਬਾਲੀ ਹੁਣ ਤੁਸੀਂ ਜਿੰਦੇ ਲਾਏ ਹੋ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਕੱਢੀ ਹੈ ਸਾਰੇ ਪੁਲਿਸ ਨੇ ਪੁਲਿਸ ਨੇ ਆਣ ਕੇ ਕਢਾਇਆ ਬਾਹਰ ਲੜਕੀ ਨੂੰ ਜਿੰਦਾ ਉਹਨੇ ਅੰਦਰੋਂ ਵੜ ਕੇ ਕੁੰਡਾ ਲਾਇਆ ਸੀਗਾ ਅਸੀਂ ਨਹੀਂ ਜਿੰਦਾ ਲਾਏ ਹੁਣ ਜਿੰਦੇ ਝੂਠ ਸਾਹਮਣੇ ਲਾਏ ਤੁਸੀਂ ਇਹ ਤਾਂ ਇੱਧਰ ਡਰਦੇ ਲੈ ਬੰਦੇ 20 ਆ ਬਾਹਰ ਥੀਆਂ ਕਿ ਸਾਨੂੰ ਮਾਰਨ ਗਏ ਆ ਕੇ ਅੱਛਾ 20 ਬੰਦੇ ਉਹਨਾਂ ਦੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਇੱਥੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹਦੇ ਬੰਦੇ 20 ਸੱਦੇ ਉਹਨੇ ਮੈਂ ਜਿੰਦਾ ਲਾਇਆ ਕਿ ਸਾਨੂੰ ਮਾਰ ਸਕਦੇ ਆ ਕੇ ਅੱਛਾ ਤਾਂ ਅਸੀਂ ਡਰਦੇ ਵਾਲੇ ਜਿੰਦਾ ਲਾਇਆ ਠੀਕ ਉੱਦਾਂ ਨੇ ਇੱਥੇ ਬੈਠੇ ਜੀ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਕੋਈ ਗੱਲ ਦਾ ਨਹੀਂ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੌਤ ਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸੀਗਾ ਮੂਰਖ ਤਿਆਰ ਸੀ ਆਪਦੇ ਨਾਲ ਪ੍ਰੋਪਰਟੀ ਲਵਾਈ ਆ ਟਰੱਕ ਟੁੱਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ 2.5 ਮਿਲੀਅਮ ਦੀ ਜਾੜ ਵਾ ਸਾਰਿਆਂ ਨੇ ਟੱਬਰ ਨੇ ਹੀ ਕੰਮ ਕੀਤਾ ਕਲੋਜ ਫੈਮਿਲੀ ਸੀ ਛੋਟੇ ਮੁੰਡੇ ਦਾ ਵਿਆਹ ਰੱਖਿਆ ਇਹਨੇ ਧੱਕਾ ਦੇ ਕੇ ਸਾਰੀ ਸਭ ਫੈਮਿਲੀ ਨੂੰ ਬਾਹਰ ਕੱਢਤਾ ਸਾਨੂੰ US ਸਾਡੇ ਕੋਲ ਸਾਰਾ ਪੇਪਰ ਵਰਕ ਹੈਗਾ ਸਾਢੇ 3 ਕਰੋੜ ਮੇਰੇ ਤੋਂ ਨਹੀਂ ਲਾਉਣ ਚੁੱਕਾ ਟੱਕਾ ਦਾ ਉਹ ਪੈਸੇ ਨਹੀਂ ਖਾਧੇ ਉਹ ਮੈਂ ਉੱਥੇ US ਦਾ ਦੇਣਾ ਛੋਟੇ ਮੁੰਡੇ ਤੋਂ 1.5 ਲੱਖ ਉਹਦਾ ਹੁਣ ਮੈਂ ਫੜ ਤੁਰ ਕੇ ਅਸੀਂ ਵਿਆਹ ਕਰ ਕੀਤਾ ਉੱਥੇ ਸਾਨੂੰ ਘਰੋਂ ਕੱਢਿਆ ਬੇਘਰ ਕੀਤਾ ਸਾਡੇ ਕੱਪੜ ਸਮਾਨ ਇਹਦੇ ਘਰੇ ਪਿਆ ਉੱਥੇ ਸਾਨੂੰ 112 ਦੀ ਕਾਲ ਆਈ ਸੀ ਇੱਕ ਜਗਦੀਸ਼ ਕੌਰ ਪਤਨੀ ਹਰਜਿੰਦਰ ਸਿੰਘ ਉਮਰਪੁਰ ਕਲਾਂ ਉਹਨੇ ਫੋਨ ਕੀਤਾ ਸੀ 112 'ਤੇ ਮੇਰੇ ਸੱਸ ਵਾਲਾ ਮੈਨੂੰ ਕੁੱਟਮਾਰ ਰਿਹਾ ਅਤੇ ਜਦੋਂ ਅਸੀਂ ਆਏ ਹਾਂ ਆ ਕੇ ਦੇਖਿਆ ਤਾਂ ਸੱਸ ਵਾਲਾ ਨੇ ਅੰਦਰੋਂ ਲੋਕ ਲਾਇਆ ਸੀਗਾ ਅਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸੱਸ ਵਾਲੇ ਨੇ ਕੁੱਟਮਾਰ ਕੀਤੀ ਅਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹੋਸਪਿਟਲ ਜੋ ਸੱਟਾਂ ਲੱਗੀਆਂ ਹਨ ਅਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਅਸੀਂ ਬਣਦੀ ਕਾਰਵਾਈ ਕਿਵੇਂ ਪਹੁੰਚ ਜਾਵਾਂਗੇ ਮਤਲਬ ਕੁੜੀ ਨੂੰ ਅੰਦਰ ਬੰਧਕ ਬਣਾਇਆ ਹੋਇਆ ਸੀਗਾ ਕੁੜੀ ਨੂੰ ਤੁਸੀਂ ਲੋਕ ਲਾਇਆ ਨਹੀਂ ਲੋਕ ਅਸੀਂ ਬਾਹਰੋਂ ਨਹੀਂ ਕੁੰਡਾ ਲਾਇਆ ਸੀਗਾ ਲੋਕ ਲੱਗਿਆ ਹੋਇਆ ਸੀ ਲੋਕ ਗੇਟ ਨੂੰ ਲੱਗਾ ਸੀ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣਾ ਸੀ ਭੇਜਤਾ ਹੋਸਪਿਟਲ ਕੁੜੀ ਦੀ ਹਾਲਤ ਕਿੱਦਾਂ ਸੀਗੀ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ ਲੱਤ ਮਰੀ ਗਈ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨੈਂਟ ਦੱਸਦੀ ਉਹਦੇ ਪਿੱਛੇ ਲੱਗ ਹੋਏ ਕੀ ਲੱਗਦਾ ਇਹ ਕਿਡਨੈਪਿੰਗ ਵਾਲਾ ਮਾਮਲਾ ਸੀ ਕਿ ਅੰਦਰ ਬੰਦ ਕਰਕੇ ਕਿਡਨੈਪਿੰਗ ਨਾਲ ਕੋਈ ਆਪਸੀ ਨਾ ਘਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪਰਟੀ ਦੇ ਹਿਸਾਬ ਨਾਲ ਅੰਦਰ ਬੰਦ ਕਰਕੇ ਰੱਖਿਆ ਸੀ ਕੀ ਲੱਗਦਾ ਤੁਹਾਨੂੰ ਮੌਕੇ ਤੇ ਕਿਉਂਕਿ ਉਹਦੇ ਪਰਿਵਾਰਕ ਮੈਂਬਰ ਜਿਹੜੇ ਬਾਹਰ ਬੈਠੇ ਪੇਕਾ ਪਰਿਵਾਰਕ ਦਾ ਬਾਹਰ ਸੋਹਰਾ ਪਰਿਵਾਰ ਜਿਹੜਾ ਉਹੀ ਦੋਨੇ ਬਾਹਰ ਬੈਠੇ ਸੀ ਕੋਈ ਨੂੰ ਅੰਦਰ ਕੋਈ ਨਹੀਂ ਸੀ ਪੇਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲੋਮੀਟਰ ਤੋਂ ਇੰਨਾ ਟਾਈਮ ਇਸ ਤੋਂ ਪਹਿਲਾਂ ਇੱਕ ਐਕਸੀਡੈਂਟ ਹੋਇਆ ਸੀ ਇੱਥੇ ਪੁਰਾਣਾ ਰੋਡ ਤੇ ਇੱਥੇ ਵੀ ਕਾਫੀ ਲੋਕ ਇਕੱਠੇ ਹੋਏ ਸੀ ਤੇ ਉਹਨਾਂ ਨੂੰ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉੱਧਰੋਂ ਸੁਲਝਾ ਕੇ ਫਿਰ ਅਸੀਂ ਦਰਬਾਰ 'ਚ ਆਏ ਅਤੇ ਤੁਸੀਂ ਦੇਖਿਆ ਹੋਣਾ ਕੁੜੀ ਦੇ ਹਾਲਤ ਕੁੜੀ ਨੂੰ ਉਨੀ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਾਲ ਭੇਜਤਾ ਜੋ ਬਿਆਨ ਦਊਗੀ ਉਹ ਆਪਾਂ ਕਾਰਵਾਈ ਵੀ ਕਰਦੇ ਹਾਂ ਥੈਂਕ ਯੂ ਹਾਂਜੀ ਭਾਅ ਜੀ ਕੀ ਨਾਮ ਹੈ
ਹਾਂਜੀ ਭਾਈ, ਮੇਰਾ ਨਾਂ ਦਲਜਿੰਦਰ ਆ। ਕਿਹੜਾ ਪਿੰਡ ਆ ਭਾਈ? ਉਮਰਪੁਰਾ ਪਿੰਡ ਆ। ਅਸੀਂ ਹੈਰੀ ਭਾਈ ਦੇ ਕੰਮ ਕਰਦੇ ਸੀਗੇ। ਹਾਂਜੀ। ਤੇ ਇੱਥੇ ਕਾਫੀ ਕੁੱਟਮਾਰ ਭਾਬੀ ਦੇ ਨਾਲ ਹੋਣ ਲੱਗੀ ਸੀਗੀ। ਅੰਕਲ ਆਂਟੀ ਉਹਨੂੰ ਕਾਫੀ ਖਿੱਚ ਖੁੱਚ ਕੇ ਧੂਤ ਕਰਕੇ ਕਰ ਰਹੇ ਸੀਗੇ। ਕਿੰਨੇ ਕੁ ਵਜੇ ਦੀ ਵਾਰਦਾਤ ਹੈ ਇਹ ਭਾਜੀ? 7:30-8 ਵਜੇ ਦੀ ਗੱਲ ਆ। ਕਿੰਨੇ ਜਣੇ ਸੀ ਕੁੱਟਮਾਰ ਕਰਦੇ? 2 ਜਣੇ ਸੀਗੇ ਭਾਜੀ। ਲੇਡੀਜ਼ ਮੂਹਰੇ ਰੌਲਾ ਪਾ ਰਹੀ ਸੀਗੀ ਆਪਣੇ ਜਿੱਤੋਂ ਵੀ ਬਚਾਓ ਬਚਾਓ। ਫਿਰ ਤੁਸੀਂ ਛਡਾਉਣ ਦੀ ਕੋਸ਼ਿਸ਼ ਕੀਤੀ? ਅਸੀਂ ਇੱਦਾਂ ਨਹੀਂ ਛਡਾ ਸਕਦੇ, ਅਸੀਂ ਲੇਡੀਜ਼ ਨੂੰ ਵੀ ਨਹੀਂ ਹੱਥ ਪਾ ਸਕਦੇ। ਹਾਂਜੀ। ਬਾਅਦ ਵਿੱਚ ਹੁਣ ਲੇਡੀਜ਼ ਉੱਪਰ ਆਪਣੇ ਆਪ ਅੰਦਰ ਬੰਦ ਹੋਈ ਆ ਹੁਣ? ਨਹੀਂ, ਉਹਨਾਂ ਨੂੰ ਕੀਤਾ ਗਿਆ ਕਾਰਨ ਭਾਜੀ। ਆਪਾਂ ਨੂੰ ਤਾਂ ਇਹ ਗੱਲ ਦਾ ਹੁਣ ਅਗਲੇ ਦੇ ਘਰ ਦੀ ਗੱਲ ਆਪਾਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਹੈਗਾ। ਠੀਕ ਨੀ ਭਾਜੀ? ਆਪਾਂ ਨੂੰ ਤਾਂ ਇਹ ਕਿਹਾ ਵੀ ਇੱਦਾਂ ਠੀਕ ਆ ਕੁੱਟਮਾਰ, ਆਪਾਂ ਨੂੰ ਤਾਂ ਇਹਦੇ ਬਾਰੇ ਘਰ ਦੀ ਗੱਲ ਆਪਾਂ ਨੂੰ ਕਿਹੜਾ ਤੁਹਾਨੂੰ ਪਤਾ ਕੋਈ ਦੱਸ ਸਕਦਾ? ਠੀਕ। ਹਾਂਜੀ, ਉਹਨਾਂ ਨੇ ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ, ਕਹਿੰਦੇ ਕੀਤੀ ਆ। ਹਾਂਜੀ ਭਾਜੀ, ਸਫਾਈ ਕਰਾਇਆ ਵਾ ਮੈਂ ਕਿਹਾ ਚਲੋ ਠੀਕ ਆ। ਕੁੜੀ ਮੇਰੀ ਆ ਗਈ ਆ 7:40 ਤੇ ਇਹਨਾਂ ਦੇ ਕੋਲ ਆਈ ਸੀਗੀ। ਇਹਨਾਂ ਨੇ ਉਹਨੂੰ ਅੰਦਰ ਬਾੜ ਕੇ ਕੁੱਟਿਆ ਮਾਰਿਆ, ਉਹਦੀ ਲੱਤਾਂ 3 ਮਹੀਨੇ ਦੀ ਪ੍ਰੈਗਨੈਂਟ ਆ। ਇਹਨਾਂ ਨੇ ਉਹਦੀ ਬੁਰੀ ਹਾਲਤ ਕੀਤੀ ਪਈ ਅੰਦਰ। ਕੁੱਟ ਮਾਰ ਕੇ ਇਹਨਾਂ ਨੇ ਕੀਤੀ? ਕੌਣ? ਸੱਸ ਸਹੁਰੇ ਨੇ। ਸੱਸ ਸਹੁਰੇ ਨੇ? ਹਾਂਜੀ। ਅੱਛਾ, ਇੱਥੇ ਵਿਆਹੀ ਆ? ਇੱਥੇ ਵਿਆਹੀ ਹੋਈ ਆ। ਉਹਨਾਂ ਦਾ ਕੀ ਨਾਮ ਹੈ ਜੀ ਸੱਸ ਸਹੁਰੇ? ਮੈਨੂੰ ਜ਼ਿਆਦਾ ਮੇਰੇ ਦਿਮਾਗ 'ਚ ਨਹੀਂ ਪੈਂਦੀ ਹੈਗੀ ਰਸਪਾਲ ਸਿੰਘ ਦਾ ਰਸਪਾਲ। ਕਿੰਨੇ ਚਿਰ ਦਾ ਅੰਦਰ ਬੰਦ ਕੀਤਾ ਹੋਇਆ ਇਹਨਾਂ ਨੂੰ? ਸਵੇਰ ਦੀ 7:40 ਦੀ ਇਹਨਾਂ ਨੇ ਅੰਦਰ ਬੰਦ ਕੀਤੀ ਹੋਈ ਆ। ਠੀਕ ਆ। ਪੁਲਿਸ ਨੂੰ ਸ਼ਿਕਾਇਤ ਵੀ ਕੀਤੀ? ਪੁਲਿਸ ਨੂੰ ਸ਼ਿਕਾਇਤ ਕੀਤੀ ਨਾ ਹੋਈ ਅਜੇ ਤੱਕ ਬੋੜੀ ਆ। ਪੁਲਿਸ ਹਜੇ ਤੱਕ ਕਰਾਈ ਨਹੀਂ? ਹਜੇ ਤੱਕ ਨਹੀਂ ਆਈ। ਮੇਰੀ ਕੁੜੀ ਅੰਦਰ ਤੜਫਦੀ ਪਈ ਆ ਤੇ ਅੰਦਰੋਂ ਜਿੰਦੇ ਵੀ ਲੱਗ ਲਾਏ ਹੋਏ, ਅੰਦਰੋਂ ਵੀ ਜਿੰਦੇ ਲਾਤੇ ਉਹਨਾਂ ਨੇ। ਬਾਹਰ ਅਸੀਂ ਬੈਠੇ ਆ, ਬਾਹਰੋਂ ਵੀ ਗੇਟ ਜਿੰਦੇ ਲਾਤੇ ਆ। ਅਸੀਂ ਤਸਵੀਰ ਦੇ ਇੱਥੇ ਬਾਹਰ ਤੜਫਦੇ ਆ, ਕੁੜੀ ਸਾਡੀ ਅੰਦਰ। ਜੇ ਕੋਈ ਮੰਗ ਕੀ ਕਰਦੇ ਹੋ ਤੁਸੀਂ? ਮੰਗ ਅਸੀਂ ਇਹ ਕਰਦੇ ਵੀ ਸਾਨੂੰ ਫੈਸਲਾ ਚਾਹੀਦਾ ਸੀ, ਜੋ ਵੀ ਹੋਵੇ ਅਸੀਂ ਇਹਨਾਂ ਤੇ ਕਰਨਾ ਆ, ਹੁਣ ਕਾਨੂੰਨੀ ਕਾਰਵਾਈ ਸਾਰੀ ਕਰਨੀ ਆ। ਕੁੜੀ ਅੰਦਰ ਤੜਫਦੀ ਪਈ ਆ, ਉਹ ਦੱਸਦੇ ਪਏ ਦਰਦ ਪੇਨ ਵਗੈਰਾ ਹੁੰਦੇ ਪਏ ਕੁੜੀ ਦੇ ਆ, ਤੇ ਅੰਦਰ ਜਿਹੜੀ ਉਹ ਬੱਚਾ ਹੋਣ ਵਾਲਾ ਆ। ਅੰਦਰ ਜਿੰਦੇ ਲਾਏ ਹੋ ਜੀ? ਹੁਣ ਗੇਟ ਬੰਦ ਕਰਤੇ ਇਹਨਾਂ ਨੇ, ਸਾਰੇ ਬੰਦ ਬੁੰਦ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਹੋਇਆ ਆ। ਤੁਸੀਂ ਹਸਪੀਟਲ ਵੀ ਨਹੀਂ ਲਿਜਾ ਸਕਦੇ ਕੁੜੀ? ਕੁਛ ਵੀ ਨਹੀਂ ਅਸੀਂ ਲਿਜਾ ਸਕਦੇ, ਕਿੱਥੋਂ ਜੇ ਅਸੀਂ ਕੱਢਾਂਗੇ ਤੇ ਜਾਵਾਂਗੇ ਜਿੰਦੇ ਖੋਲੂਗੇ ਤੇ ਜਾਵਾਂਗੇ ਅਸੀਂ। ਜਿੰਦੇ ਖੋਲਦੇ ਨੇ? ਕੁਛ ਨਹੀਂ ਖੋਲਦੇ ਹੈਗੇ। ਪਹਿਲਾਂ ਕਿੰਨੇ ਬੇਬੀ ਆਈ ਉਹਨਾਂ? 3 ਬੇਬੀਆਂ ਆ, ਗੁੱਡੀਆਂ ਆ 3। ਇਹ ਵੀ ਸਿਟੀਜ਼ਨ ਹੈ ਅਮਰੀਕਾ ਤੋਂ? ਹਾਂਜੀ, ਬੇਬੀਆਂ ਦਾ ਜਨਮ ਸਾਰਾ ਕੁਛ ਉਧਰ ਲਾਇਆ, ਇਹ ਵੀ ਸਿਟੀਜ਼ਨ ਉਧਰ ਲਈ ਆ। ਕੁੜੀ ਦੀ ਵੀ ਜਦੋਂ ਪੱਕੀ ਹੋ ਗਈ ਮੇਰੀ ਵਿਆਹੀ ਇਧਰ ਲਈ ਜਿਹੜੀ ਸੀ। ਕਦੋਂ ਆਈ ਆ ਕੁੜੀ ਬਾਹਰੋਂ? ਹਜੇ ਪਰਸੋਂ ਆਏ ਇਹ ਆ, 28 ਤਰੀਕ ਤੇ। ਕੌਣ ਜੀ? ਕੁੜੀ ਮੇਰੀ। ਅੱਛਾ ਜੀ। ਹਾਂਜੀ, ਤੇ ਉਹ ਤੋਂ ਬਾਅਦ ਇੱਥੇ ਆਏ ਸੀ ਆਪਣੇ ਸਹੁਰੇ? ਉਹ ਤੋਂ ਬਾਅਦ ਇਹ ਅੱਜ ਆਏ ਆ, ਇਹ ਕਹਿੰਦੇ ਚੱਲ ਸਫਾਈ ਕਰਾਇਆ ਉਹਨੇ ਆ। ਇਹ ਜਿੱਦਾਂ ਅੰਦਰ ਇਹਨੇ ਪਤਾ ਨਹੀਂ ਖੁੱਲੇ ਸੀ ਬੂਹੇ, ਉਹ ਅੰਦਰ ਆ ਗਈ ਇਹਨਾਂ ਨੇ ਅੰਦਰ ਫੜ ਕੇ ਕੋਰਸ ਚਿੱਟੀ ਆ ਫੜ ਕੇ। ਕੁੜੀ ਤੇ ਮੇਰੇ ਕੋਲ ਨਿਆਣੇ ਛੱਡ ਕੇ ਆਈ। ਅੱਛਾ, ਇਕੱਲੇ ਆਏ ਸੀ ਕੁੜੀ ਦੇ? ਇਕੱਲੇ ਆਏ ਸੀਗੇ, ਗੱਡੀ ਉਹ ਖੜੀ ਉਹਦੀ ਆ ਵੀ ਮੈਂ ਮੰਮੀ ਸਫਾਈ ਕਰਾ ਕੇ ਮੈਂ ਆ ਜਾਣਾ ਆ, ਤੇ ਤੂੰ ਇਹਨਾਂ ਨਿਆਣਿਆਂ ਨੂੰ ਕੋਲੇ ਰੱਖ। ਮੈਂ ਕਿਹਾ ਠੀਕ ਹੈ। ਹੁਣ ਵੀ ਕੁੜੀ ਅੰਦਰ ਬੰਦ ਹੈ ਤੁਹਾਡੀ? ਕੁੜੀ ਸਾਡੀ ਅੰਦਰ ਹੀ ਬੰਦ ਆ। ਇਹਨਾਂ ਨੇ ਬੰਦ ਕੀਤੀ? ਉਹ ਬੰਦ ਕੀਤੀ, ਬੰਦ ਕਰਕੇ ਆਪ ਬੇਲੀ ਚ ਬੈਠੇ ਆ ਦੋਨੇ ਤੀਵੀਂ ਆਦਮੀ। ਹੁਣ 2.5 ਘੰਟੇ ਹੋ ਗਏ ਪੁਲਿਸ ਨੂੰ ਸ਼ਿਕਾਇਤ ਕੀਤੀ, ਉਹ ਹਲੇ ਤੱਕ ਪੁਲਿਸ ਆਈ ਨਹੀਂ? ਪੁਲਿਸ ਆਈ ਨਹੀਂ ਗੀ। ਠੀਕ ਹੈ, ਥੈਂਕ ਯੂ। ਹਾਂਜੀ ਭਾਜੀ, ਕੀ ਨਾਮ ਹੈ ਤੁਹਾਡਾ? ਭਾਜੀ ਮੇਰਾ ਨਾਮ ਰਵਿੰਦਰ ਸਿੰਘ ਆ। ਕਿਹੜਾ ਪਿੰਡ ਹੈ ਭਾਜੀ? ਪਿੰਡ ਉਮਰਪੁਰੀ ਭਾਜੀ। ਭਾਜੀ ਤੁਸੀਂ ਦੱਸ ਰਹੇ ਹਾਂ ਕਿ ਬਾਈਕ ਵਗੈਰਾ ਬਾਰੇ, ਉਹਦੇ ਬਾਰੇ? ਹਾਂਜੀ ਭਾਜੀ, ਸਾਡੀ ਅੰਦਰ ਮੋਟਰਸਾਈਕਲ ਖੜਾ ਕੀਤਾ ਇਹ ਨਹੀਂ ਫੜ ਕੇ, ਅਤੇ ਅਸੀਂ ਇੱਥੇ ਕੰਮ ਕਰਦੇ ਹਾਂ ਅਤੇ ਸਾਨੂੰ ਆ ਕੇ ਇਹਨਾਂ ਨੇ ਧਮਕੀ ਦਿੱਤੀ ਆ ਵੀ ਤੁਸੀਂ ਇੱਥੋਂ ਚੱਲ ਜਾਓ ਨਹੀਂ ਤਾਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਹੈ। ਕੌਣ ਕਹਿ ਰਿਹਾ ਅਤੇ ਕਿਹਨੇ ਬਾਈਕ ਅੰਦਰ ਕੀਤੀ? ਇਹਨਾਂ ਦੇ ਡੈਡੀ ਕਹਿ ਰਹੇ ਸੀਗੇ, ਜਸਪਾਲ ਸਿੰਘ।
ਹਾਂਜੀ ਤੇ ਕਹਿੰਦੇ ਤੁਸੀਂ ਇੱਥੋਂ ਚੱਲ ਜਾਓ ਨਹੀਂ ਤਾਂ ਅਸੀਂ ਤੁਹਾਨੂੰ ਵੀ ਅੰਦਰ ਕਰਾ ਦੇਣਾ ਵੀ ਅੱਗੇ ਤਾਂ ਇੱਕ ਦੇ ਤਾਂ ਕੇਸ ਚੱਲਦਾ ਹੀ ਵੀ ਤੁਸੀਂ ਵੀ ਅੰਦਰ ਜਾਓਗੇ ਅਤੇ ਸਾਨੂੰ ਧਮਕੀਆਂ ਦਿੰਦੇ ਸੀਗੇ ਵੀ ਇੱਥੋਂ ਨਿਕਲ ਜਾਓ ਬਾਹਰ ਕਿੰਨੇ ਕੁ ਵਜੇ ਦੀ ਵਾਰਦਾਤ ਹੈ ਜੀ ਜਦੋਂ ਤੁਹਾਨੂੰ ਤੁਹਾਡਾ ਮੋਟਰਸਾਈਕਲ ਵਗੈਰਾ ਫੜਿਆ ਜੀ ਇਹਨਾਂ ਨੇ ਮੋਟਰਸਾਈਕਲ ਭਾਅ ਜੀ ਬਸ ਅਸੀਂ ਕੰਮ ਕਰਦੇ ਤੁਹਾਨੂੰ ਦੱਸਿਆ ਵੀ ਅਸੀਂ ਅੰਦਰ ਖੜਾ ਕੀਤਾ ਜੀ ਮੋਟਰਸਾਈਕਲ ਸਾਨੂੰ ਕਹਿੰਦੇ ਇੱਥੋਂ ਨਿਕਲ ਜਾਓ ਮੋਟਰਸਾਈਕਲ ਵੀ ਨਹੀਂ ਸਾਨੂੰ ਚੱਕਣ ਦਿੱਤਾ ਅੰਦਰੋਂ ਕਹਿੰਦੇ ਤੋਂ ਬਾਹਰ ਨਿਕਲੋ ਕੀ ਕੰਮ ਕਾਰ ਕਰਦੇ ਕੰਮ ਭਾਅ ਜੀ ਅਸੀਂ ਖੇਤੀਬਾੜੀ ਦਾ ਹੀ ਸਾਂਭਦੇ ਹਾਂ ਭਾਅ ਜੀ ਦਾ ਕੰਮ ਅਤੇ ਕੰਪੈਨ ਚਲਾਉਂਦੇ ਸੀ ਕੰਪੈਨ ਖੋਲ੍ਹੀ ਸੀਗੀ ਉਹਦਾ ਕੰਮ ਕਰਦੇ ਸੀਗੇ ਕਿੰਨੇ ਟਾਈਮ ਤੋਂ ਕਰ ਰਹੇ ਹਾਂ ਸਾਨੂੰ ਹੋ ਗਿਆ 5 ਮਹੀਨੇ ਕੰਮ ਕਰਦੇ ਹਨ ਤੇ ਤੁਹਾਡਾ ਹੁਣ ਮੋਟਰਸਾਈਕਲ ਵਗੈਰਾ ਮਿਲਿਆ ਤੁਹਾਨੂੰ ਨਹੀਂ ਭਾਅ ਜੀ ਅੰਦਰ ਹੀ ਖੜਾ ਮੋਟਰਸਾਈਕਲ ਸਾਡਾ ਕੁੰਡੇ ਲਾਤੇ ਆ ਸਾਰੇ ਪਾਸੇ ਸਾਨੂੰ ਬਾਹਰ ਕੱਢ ਦਿੱਤਾ ਉੱਧਰੋਂ ਕਹਿੰਦੇ ਚਲ ਜਾਓ ਤੁਸੀਂ ਇੱਥੋਂ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਭਾਅ ਜੀ ਭਾਅ ਜੀ ਨੂੰ ਦੱਸ ਦਿੱਤਾ ਸੀਗਾ ਹਾਂਜੀ